ਦੀ ਖਬਰ ਦਾ ਰੁਖ ਕਰਦੇ ਹਾਂ। ਪਟਿਆਲਾ ਦੇ ਵਿੱਚ ਇੱਕ ਕਾਰ ਮਿਲੀ ਹੈ, ਸੋ ਤੁਹਾਨੂੰ ਦੱਸ ਦਈਏ ਕਿ ਪਸਿਆਣਾ ਪੁਲ ਤੇ ਇੱਕ ਸ਼ੱਕੀ ਕਾਰ ਮਿਲੀ ਹੈ, ਜਿਸ ਤੋਂ ਬਾਅਦ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮੌਕੇ ਤੇ ਜਿੱਥੇ ਅਧਿਕਾਰੀ ਦੀ ਟੀਮਾਂ ਹਾਜ਼ਰ ਨੇ ਤਾਂ ਉੱਥੇ ਕਾਰ ਦੇ ਵਿੱਚੋਂ ਪੁਲਿਸ ਮੁਲਾਜ਼ਮ ਦੀ ਵਰਦੀ ਵੀ ਬਰਾਮਦ ਹੋਈ ਹੈ। ਬਠਿੰਡਾ ਦੇ ਜਿਹੜਾ ਥਾਣਾ ਕੋਟ ਦੇ ASI ਦੀ ਇਹ ਵਰਦੀ ਦੱਸੀ ਜਾ ਰਹੀ ਹੈ। ਗੋਤਾਖੋਰਾਂ ਵੱਲੋਂ ਭਾਖੜਾ ਨਹਿਰ ਦੇ ਵਿੱਚ ਸਰਚ ਕੀਤੀ ਜਾ ਰਹੀ ਹੈ, ਆਲੇ ਦੁਆਲੇ ਇਲਾਕਿਆਂ ਦੇ ਵਿੱਚ ਵੀ ਤਲਾਸ਼ੀ ਲਈ ਜਾ ਰਹੀ ਹੈ। ਪਟਿਆਲਾ ਦੇ ਪਸਿਆਣਾ ਪੁਲ ਤੇ ਇੱਕ ਸ਼ੱਕੀ ਕਾਰ ਬਰਾਮਦ ਹੋਈ ਹੈ, ਕਾਰ ਦੇ ਵਿੱਚੋਂ ਪੁਲਿਸ ਮੁਲਾਜ਼ਮ ਦੀ ਵਰਦੀ ਮਿਲੀ ਹੈ। ਸੋ ਬਠਿੰਡਾ ਦੇ ਥਾਣਾ ਕੋਟ ਦੇ ASI ਦੀ ਇਹ ਵਰਦੀ ਦੱਸੀ ਜਾ ਰਹੀ ਹੈ, ਤੇ ਉੱਥੇ ਹੀ ਗੋਤਾਖੋਰ ਵੀ ਮੌਕੇ ਤੇ ਪਹੁੰਚ ਚੁੱਕੇ ਨੇ, ਉਹਨਾਂ ਨੂੰ ਸੱਦਿਆ ਗਿਆ ਤੇ ਭਾਖੜਾ ਨਹਿਰ ਦੇ ਵਿੱਚ ਵੀ ਸਰਚ ਕੀਤੀ ਜਾ ਰਹੀ ਹੈ, ਆਲੇ ਦੁਆਲੇ ਇਲਾਕਿਆਂ ਦੇ ਵਿੱਚ ਵੀ ਤਲਾਸ਼ੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਜਿੱਥੇ ਗੱਡੀ ਖੜੀ ਹੈ ਪਸਿਆਣੇ ਵਾਲੇ ਪੁਲ ਦੇ ਲਵੇ ਥਾਣੇ ਦੇ ਥੋੜ੍ਹੀ ਜਿਹੀ ਸਾਹਮਣੇ ਅੱਗੇ ਨੂੰ ਜਾ ਕੇ, ਉੱਥੇ ਨਾ ਘਿਸੜ ਦੇ ਨਿਸ਼ਾਨ ਬਣ ਰਹੇ ਨੇ, ਅਤੇ ਲੱਗਦਾ ਕਿ ਸ਼ਾਇਦ ਉਹ ਨਹਿਰ ਦੇ ਅੰਦਰ ਗਿਰ ਗਏ ਨੇ ਜਾਂ ਸੁਸਾਈਡ ਕਰ ਲਿਆ, ਪਰ ਆਪਾਂ ਇਸ ਚੀਜ਼ ਨੂੰ ਕਨਫਰਮ ਨਹੀਂ ਕਰਦੇ, ਹਾਲੇ ਆਪਾਂ ਸ਼ੋਰ ਨਹੀਂ ਹਾਂ। ਪਰ ਜਿਹੜੇ ਹਾਲਾਤ ਗੱਡੀ ਨੂੰ ਦੇਖਣ ਤੋਂ ਲੱਗ ਰਹੇ ਨੇ, ਜਿਸ ਤਰੀਕੇ ਦੇ ਉਹਨਾਂ ਨੇ ਚੱਪਲ ਜੁੱਤੇ ਸਾਰੇ ਆਪਣੇ ਤਾਰ ਰੱਖੇ ਨੇ, ਮੋਬਾਈਲ ਵਗੈਰਾ ਸਾਰਾ ਸਮਾਨ ਰੱਖਿਆ, ਤਾਂ ਇਸ ਤਰੀਕੇ ਨਾਲ ਇਹ ਲੱਗ ਰਿਹਾ ਕਿ ਸ਼ਾਇਦ ਹੋ ਸਕਦਾ ਉਹ ਬਾਕੜਾ ਦੇ ਅੰਦਰ ਸੁਸਾਈਡ ਕਰ ਗਏ। ਬਾਕੀ ਦੇਖਦੇ ਜੋ ਵੀ ਹੈ, ਗੋਤਾਖੋਰ ਟੀਮ ਆਪਾਂ ਨੇ ਸਾਰੀ ਜਗ੍ਹਾ ਅਲਰਟ ਕਰਤੀ, ਜਿੰਨੇ ਵੀ ਸਾਥੀ ਗੋਤਾਖੋਰ ਸਾਡੇ ਹੈਗੇ ਉਹ ਨਹਿਰ 'ਤੇ ਲੱਗ ਗਏ ਨੇ, ਬੋਡੀ ਦੀ ਭਾਲ ਕਰ ਰਹੇ ਨੇ ਔਰ ਬੋਡੀ ਲੱਭ ਰਹੇ ਨੇ।